ਆਪਣੇ PCS एग्जाम ਦੀਆਂ ਬੱਚੇ ਅਨਸਰਟਨਿਟੀਜ਼ ਖਤਮ ਨਹੀਂ ਹੋ ਰਹੀਆਂ ਕਦੇ ਸ਼ਡਿਊਲ ਇਦਾਂ ਦਾ ਆ ਰਿਹਾ ਹੈ ਕਦੇ ਕੋਰਸ ਚ ਕੇ ਸਾਰਿਆ ਹੈ ਹੁਣ ਲਾਸਟ ਜਿਹੜੀ ਆਪਾਂ ਨੂੰ ਨਿਊਜ਼ ਮਿਲੀ ਹੈ ਕਿ ਕੇਸ ਹਾਈ ਕੋਰਟ ਨੇ ਸਟੇ ਲਾਈ ਹੈ ਥੋੜੇ ਟਾਈਮ ਤੱਕ ਤਾਂ ਉਹਦੇ ਕਰਕੇ ਹੁਣ ਆਪਾਂ ਰੀਸਟ੍ਰੈਟੇਜਾਈਜ਼ ਕਰਨ ਦੀ ਲੋੜ ਹੈ ਹੁਣ ਇਸ ਰੀਸਟ੍ਰੈਟੇਜੀ ਜੇ ਕੱਲ ਅਸੀਂ ਗਰੁੱਪਸ ਤੇ ਮੈਸੇਜ ਵੀ ਪਾਇਆ ਸੀਗਾ ਕਿ ਜਿਹੜਾ ਆਪਾਂ ਮੈਰਾਥਨ ਕੋਰਸ ਸੋਚਿਆ ਹੋਇਆ ਸੀਗਾ ਕਿ ਆਪਾਂ 17 ਡੇਸ ਚ ਇੱਕ ਵਾਰੀ ਸਾਰੀ ਤਿਆਰੀ ਨਕੀ ਕਰਦਾਂਗੇ ਉਹ ਵਾਲਾ ਕੋਰਸ ਆਪਾਂ ਕੰਟੀਨਿਊ ਹੀ ਕਰੀਏ ਬਸ ਥੋੜਾ ਜਿਹਾ ਰਿਲੈਕਸਡ ਮਿਹਨਤ ਤੇ ਹੁਣ ਆਪਾਂ ਚੱਲ ਸਕਦੇ ਆ ਇੰਨਾ ਆਪਾਂ ਨੂੰ ਭੱਜ ਦੌੜ ਮੈਂ ਜਿਹੜਾ ਆਪਾਂ ਟਾਈਮ ਟੇਬਲ ਡਿਸਾਈਡ ਕੀਤਾ ਹੋਇਆ ਸੀਗਾ ਕਿ ਤਿੰਨ ਦਿਨ ਜੇ ਆਪਾਂ GS1 ਰਿਵਾਈਜ਼ ਕਰ ਲਾਂਗੇ ਦੈਨਿਕ ਟੈਸਟ ਦਵਾਂਗੇ ਫਿਰ ਤਿੰਨ ਦਿਨ GS2 ਰਿਵਾਈਜ਼ ਕਰ ਲਾਂਗੇ ਟੈਸਟ ਦਵਾਂਗੇ ਉਹ ਵਾਲਾ ਟਾਈਮ ਟੇਬਲ ਆਪਾਂ ਉਦਾਂ ਹੀ ਫੋਲੋ ਕਰੀਏ ਪਲੱਸ ਜਿਹੜੀਆਂ ਅਨਸਰ ਰਾਈਟਿੰਗ ਕਲਾਸਿਸ ਲੱਗ ਰਹੀਆਂ ਤੁਹਾਡੀਆਂ ਉਹ ਤਾਂ ਲੱਗ ਹੀ ਰਹੀਆਂ ਇੱਕ ਕਾਫੀ سارے ਬੱਚੇ ਮੈਸੇਜ ਪਾ ਰਹੇ ਸੀਗੇ ਕਿ ਪੁਰਾਣੇ ਵਾਲੇ ਕੋਰਸ ਦੇ ਵੀਡੀਓਜ਼ ਅਪਲੋਡ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਬੱਚੇ ਮੈਂ ਤੁਹਾਨੂੰ ਕਿਹਾ ਸੀਗਾ ਕਿ ਜਿਹੜੇ ਬੱਚੇ ਆਪਣਾ ਸਕਰੀਨਸ਼ਾਟ ਐਂ ਆਪਣੀ ਡਿਟੇਲਸ ਸਾਨੂੰ ਈਮੇਲ ਕਰਨਗੇ ਉਹਨਾਂ ਨੂੰ ਅਸੀਂ ਰਿਪਲਾਈ 'ਚ ਲੌਗਇਨ ਆਈਡੀ ਪਾਸਵਰਡ ਬਣਾ ਕੇ ਦਵਾਂਗੇ PCS ਨੇ ਸੇਮ ਇਨ ਸਿਲੈਕਟਡ ਦਾ ਇੱਕ ਸੈਪਰੇਟ ਕੋਰਸ ਕ੍ਰੀਏਟ ਕੀਤਾ ਹੈ ਅਸੀਂ UPSC ਵਾਲੇ ਕੋਰਸ ਦਾ ਵੀ ਉਹਨਾਂ ਬੱਚਿਆਂ ਨੂੰ ਐਕਸੈਸ ਦੇ ਰਹੇ ਹਾਂ ਜਦੋਂ ਤੱਕ PCS ਦਾ ਐਗਜ਼ਾਮ ਨਹੀਂ ਹੋ ਰਿਹਾ ਤਾਂ ਉਹ ਜਿਹੜੀਆਂ ਆਈਡੀਆਂ ਵਗੈਰਾ ਹੈਗੀਆਂ ਉਹ ਸਾਡੇ ਐਂਡ ਤੋਂ ਹੀ ਅਸੀਂ ਬਣਾ ਕੇ ਤੁਹਾਨੂੰ ਭੇਜੀ ਦੀਆਂ ਜੇ ਤੁਸੀਂ ਸਾਨੂੰ ਆਪਣੀਆਂ ਡਿਟੇਲਸ ਨਹੀਂ ਭੇਜੀਆਂ ਤਾਂ ਆਫਕੋਰਸ ਅਸੀਂ ਰਿਪਲਾਈ ਵੀ ਨਹੀਂ ਕਰ पाए ਹਾਂਗੇ ਪਹਿਲੇ 2 ਦਿਨ ਚ ਥੋੜਾ ਰਸ਼ ਜ਼ਿਆਦਾ ਸੀਗਾ ਤਾਂ ਥੋੜਾ ਡਿਲੇ ਹੋ ਗਿਆ ਸੀਗਾ ਬਟ ਹੁਣ ਰੈਗੂਲਰਲੀ ਸਾਡੇ ਵੱਲੋਂ ਰਿਪਲਾਈ ਵੀ ਜਾ ਰਿਹਾ ਹੈ ਪੀਸੀਐਸ ਸੈਲੈਕਟਡ ਮੇਨ ਸੈਲੈਕਟਡ ਵਾਲੇ ਲੌਗਇਨ ਆਈਡੀ ਪਾਸਵਰਡ ਐਂਡ ਯੂਪੀਐਸਸੀ ਵਾਲਾ ਲੌਗਇਨ ਆਈਡੀ ਪਾਸਵਰਡ ਅਸੀਂ ਮੇਲ ਬੈਕ ਕਰ ਰਹੇ ਹਾਂ ਉਹੀ ਆਈਡੀ ਪਾਸਵਰਡਸ ਦਾ ਇਸਤੇਮਾਲ ਕਰਕੇ ਤੁਸੀਂ ਕੋਰਸ ਐਕਸੈਸ ਕਰੋ ਜਿਸ ਚ ਸਾਰੇ ਡੇਲੀ ਮੈਰਾਥਨ ਵਾਲੇ ਪੀਡੀਐਫ ਅਪਲੋਡ ਹੁੰਦੇ ਆ ਆਨਸਰ ਰਾਈਟਿੰਗ ਸੈਸ਼ਨਸ ਅਪਲੋਡ ਹੋ ਰਹੇ ਆ ਤੇ ਅੱ ਇਹ ਵੀ ਉਸੇ ਹੀ ਕੋਰਸ ਤੇ ਅਪਲੋਡ ਹੋਊਗਾ ਅੱਜ ਤੁਹਾਡਾ ਜੀਐਸ ਟੈਸਟ 1 ਹੈ ਐ ਜੀਐਸ ਪੇਪਰ 1 ਦੇ ਕੰਟੈਕਸਟ ਦੇ ਟੈਸਟ ਹੈ ਜਿਸ ਇ ਹਿਸਟਰੀ ਸੋਸਾਇਟੀ ਐਂਡ ਜੀਓਗ੍ਰਾਫੀ ਦੇ ਕੰਟੈਕਸਟ ਅਪਾਂ ਲੈਕ ਆਪਾਂ ਪਿਛਲੇ ਤਿੰਨ ਦਿਨਾਂ ਚ ਇਹਨਾਂ ਦੀ ਤਿਆਰੀ ਵੀ ਕੀਤੀ ਹੈ ਹੈਂਡ ਹੁਣ ਇਹਨਾਂ ਦੀ ਅਨਸਰ ਰਾਈਟਿੰਗ ਪ੍ਰੈਕਟਿਸ ਆਪਾਂ ਕਰ ਲਈ ਹੋਈ ਹੈ ਐਂਡ ਹੁਣ ਆਪਾਂ ਟੈਸਟ ਕਰ ਲਈਏ ਤਾਂ ਇਹ ਵਾਲੇ ਕੋਰਸ ਦਾ ਜਿਹੜਾ ਟੈਸਟ ਹੈਗਾ ਇਹ ਉਸੇ ਹੀ ਤੁਹਾਨੂੰ ਉਸੇ ਕੋਰਸ ਚ ਜਾ ਕੇ ਤੁਸੀਂ ਐਕਸੈਸ ਕਰ ਸਕਦੇ ਹੋ ਪਲੇਲਿਸਟ ਬਣੀ ਹੋਊਗੀ ਉਹ ਤੋਂ ਤੁਸੀਂ ਕੁਐਸਚਨ ਪੇਪਰ ਡਾਊਨਲੋਡ ਕਰਨਾ ਹੈ ਹੁਣ ਇਹਦੀ ਈਵੈਲੂਏਸ਼ਨ ਦਾ ਕੀ ਪ੍ਰੋਸੀਜਰ ਹੋਊਗਾ ਮੈਂ WhatsApp ਗਰੁੱਪ 'ਚ ਸਵੇਰੇ ਮੈਸੇਜ ਤਾਂ ਪਾਇਆ ਸੀਗਾ ਬਟ ਫਿਰ ਵੀ ਇੱਕ ਵਾਰੀ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਜਿਹੜਾ ਤੁਸੀਂ ਆਨਸਰਸ ਲਿਖੋਗੇ ਇਨਨ ਤੁਸੀਂ ਆਨਸਰਸ ਲਿਖਣ ਤੋਂ ਬਾਅਦ ਕਰਨਾ ਹੈ ਸਕੈਨ ਬੱਚੇ ਭਾਵੇਂ ਤੁਸੀਂ ਇਮੇजेस ਖਿੱਚ ਲੋ ਭਾਵੇਂ ਤੁਹਾਡੇ ਕੋਲ ਕੋਈ ਸਕੈਨਿੰਗ ਵਾਲਾ ਐਪ ਹੈਗੀ ਹੈ ਤਾਂ ਤੁਸੀਂ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਬਟ ਤੁਸੀਂ ਐਸੈਂਸ਼ੀਅਲੀ ਜਿਹੜੀ ਚੀਜ਼ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਇੱਕ ਸਿੰਗਲ ਪੀਡੀਐਫ ਬਣਾ ਕੇ ਸਿੰਗਲ ਪੀਡੀਐਫ ਬਣਾ ਕੇ ਤੁਸੀਂ ਸਾਨੂੰ ਉਹ ਮੇਲ ਕਰਨਾ ਹੈ ਮੇਲ ਆਈਡੀ ਉਹ ਹੀ ਹੈ ਬੱਚੇ info@chetanbharat.com info@chetanbharat.com ਇਸ ਈਮੇਲ ਆਈਡੀ ਤੇ ਤੁਸੀਂ ਸਾਨੂੰ ਮੇਲ ਕਰਨਾ ਹੈ ਆਪਣਾ ਅਨਸਰ ਸ਼ੀਟ ਅਸੀਂ ਈਵੈਲਿਊਏਟ ਕਰਾਂਗੇ ਰਿਮਾਰਕਸ ਦਵਾਂਗੇ ਦੈਨ ਗੂਗਲ Meet ਸੈਸ਼ਨ ਵਗੈਰਾ ਵੀ ਅਪਰ ਰੱਖਾਂਗੇ ਜਿਸ ਤੇ ਜੋ ਕਾਮਨ ਮਿਸਟੇਕਸ ਵਗੈਰਾ ਹੈਗੀਆਂ ਬੱਚਿਆਂ ਨਾਲ ਅਸੀਂ ਡਿਸਕਸ ਕਰਾਂਗੇ ਫੀਡਬੈਕ ਦਵਾਂਗੇ ਬਟ ਉਹ ਤਾਂ ਹੀ ਹੋ ਪਾਊਗਾ ਜੇ ਤੁਸੀਂ ਸਿੰਗਲ ਪੀਡੀਐਫ ਬਣਾ ਕੇ ਸਾਨੂੰ ਭੇਜੋਗੇ ਇੰਡੀਵਿਜੂਅਲੀ ਜੇ ਫੋਟੋਸ ਵਗੈਰਾ WhatsApp ਕਰ ਦੋਗੇ ਤਾਂ ਉਹ ਪ੍ਰਿੰਟ ਆਊਟ ਲੈ ਕੇ ਹੁਣ ਡਿਫਰੈਂਟ ਡਿਫਰੈਂਟ ਟੀਚਰਸ ਹੈ ਹਰ ਸਬਜੈਕਟ ਦਾ ਡਿਫਰੈਂਟ ਟੀਚਰ ਹੈ ਉਹਨੂੰ ਉਸੇ ਭੇਜਣੀ ਹੁੰਦੀ ਹੈ ਸਿੰਗਲ ਫੋਟੋਸ ਬੱਚੇ ਗੁੰਮ ਹੋ ਜਾਣਗੀਆਂ ਇੰਨੀਆਂ ਸਾਰੀਆਂ ਫੋਟੋਆਂ ਨੇ ਸਾਰੇ ਬੱਚੇ ਇੰਨੇ ਸਾਰੇ ਪ੍ਰਿੰਟ ਆਊਟਸ ਸੰਭਾਲ ਲੈ ਨਹੀਂ ਜਾਣੇ ਹੈ ਤਾਂ ਤੁਸੀਂ ਕੀ ਕਰਨਾ ਹੈ ਫਰਸਟ ਜੇ ਜਿਹੜੀ ਤੁਹਾਡੀ ਅਨਸਰ ਸ਼ੀਟ ਹੋਊਗੀ ਜਿਹੜਾ ਤੁਸੀਂ ਲਿਖੋਗੇ ਪ੍ਰੈਫਰੈਬਲੀ ਮੈਂ ਅਨਸਰ ਸ਼ੀਟ ਦਾ ਵੀ ਦੱਸਿਆ ਸੀਗਾ ਕਿ ਉਹ ਹਾਰੀਜ਼ੋਂਟਲੀ ਰੂਲਡ ਜਿਹੜੀਆਂ ਸ਼ੀਟਾਂ ਹੁੰਦੀਆਂ ਲਾਈਨਾਂ ਵਾਲੀਆਂ ਕਾਲਜ ਤੇ ਜਿਹੜੀਆਂ ਮਿਲਦੀਆਂ ਹੁੰਦੀਆਂ ਸੀਗੀਆਂ ਯੂਨੀਵਰਸਿਟੀ ਐਗਜ਼ਾਮਸ ਤੇ ਉਹ ਵਾਲੀਆਂ ਸ਼ੀਟਸ ਜੇ ਤੁਹਾਡੇ ਕੋਲ ਹੈਗਾ ਤਾਂ ਬਹੁਤ ਵੀ ਵਧੀਆ ਪੀਸੀਐਸ ਚੋ ਹੀ ਮਿਲਦੀਆਂ ਨੇ ਤਾਂ ਨਾਰਮਲ A4 ਸ਼ੀਟਸ ਵੀ ਤੁਸੀਂ ਲਿਖ ਸਕਦੇ ਹੋ ਪਹਿਲੀ ਸ਼ੀਟ ਤੇ ਤੁਸੀਂ ਉੱਪਰ ਆਪਣਾ ਨੇਮ ਆਪਣਾ ਸੀਬੀਐਲ ਰੋਲ ਨੰਬਰ ਆਪਣਾ ਫੋਨ ਨੰਬਰ ਤੇ ਆਪਣੀ ਈਮੇਲ ਆਈਡੀ ਚੰਗੀ ਤਰ੍ਹਾਂ ਲਿਜਿਬਲ ਹੈਂਡਰਾਈਟਿੰਗ ਜੇ ਲਿਖਣੀ ਹੈ ਤਾਕੀ ਫਿਰ ਬਾਅਦ ਚੋਂ ਆਪਾਂ ਨੂੰ ਐਦਾਂ ਨਾਲ ਲੱਭਦੇ ਰਹੀਆ ਕਿਦਾ ਪੇਪਰ ਆ ਕਿਦਾ ਪੇਪਰ ਆ ਫਿਰ ਅਸੀਂ ਮੇਲ ਬੈਕ ਵੀ ਕਰਨਾ ਹੈ ਟਾਈਮਡ ਮੈਨਰ ਚ ਤੁਸੀਂ ਟੈਸਟ ਦੇਣਾ ਹੈ 3 ਘੰਟੇ ਦਾ ਟੈਸਟ ਹੈ ਘਰੇ ਟਾਈਮਰ ਲਾ ਲਾ ਲੈਣਾ ਕਿ ਹੁਣ ਮੇਰਾ ਟੈਸਟ ਸ਼ੁਰੂ ਹੋਇਆ ਮੇਰਾ ਟੈਸਟ ਖਤਮ ਹੋਇਆ ਜਿੰਨਾ ਟੈਸਟ 3 ਘੰਟੇ ਚ ਖਤਮ ਹੋ ਗਿਆ ਉਥੇ ਆਪਾਂ ਲਾਈਨ ਮਾਰ ਦੇਣੀ ਹੈ ਟੈਸਟ ਖਤਮ ਕਰ ਦੇਣਾ ਸਕੈਨ ਕਰਨਾ ਹੈ ਸਿੰਗਲ ਪੀਡੀਐਫ ਬਣਾਨੀ ਹੈ ਮੇਲ ਬੈਕ ਕਰ ਦੇਣਾ ਥੋੜਾ ਜਿਹਾ ਟਾਈਮ ਨੂੰ ਆਪਾਂ ਸਟ੍ਰਿਕਟਲੀ ਅਡੇਅਰ ਕਰਾਂਗੇ ਅੱਜ ਦਾ ਦਿਨ ਆਪਾਂ ਟੈਸਟ ਲਈ ਰੱਖਿਆ ਹੋਇਆ ਸੀਗਾ ਮੈਰਾਥਨ ਵਾਲੇ ਕੋਰਸ 'ਚ ਤੇ ਅੱਜ ਦਾ ਦਿਨ ਆਪਾਂ ਸਿਰਫ ਟੈਸਟ ਹੀ ਦਵਾਂਗੇ ਆਪਣਾ ਪੂਰਾ ਜਿਹੜਾ 멘ਟਲ ਉਹ ਹੋਣਾ ਚਾਹੀਦਾ ਹੈ ਓਰੀਐਂਟੇਸ਼ਨ ਹੋਣੀ ਚਾਹੀਦੀ ਹੈ ਅਨਸਰ ਰਾਈਟਿੰਗ ਐਂਡ ਟੈਸਟ ਦੇ ਤਰਫ ਹੀ ਹੋਣੀ ਚਾਹੀਦੀ ਹੈ ਠੀਕ ਹੈ ਤਾਂ ਅੱਜ ਰਾਤ ਤੱਕ ਦਾ ਟਾਈਮ ਹੈ ਬੱਚੇ ਤੁਸੀਂ ਇਹ ਵਾਲਾ ਟੈਸਟ ਕਰ ਸਕਦੇ ਹੋ ਰਾਤ ਦੇ 8 ਵਜੇ ਤੱਕ ਤੁਸੀਂ ਸਾਨੂੰ ਮੇਲ ਕਰ ਦੇਣਾ ਅਸੀਂ ਇਹ ਟੈਸਟ ਈਵੈਲਿਊਏਟ ਕਰਾਂਗੇ ਇਹਦੇ ਤੁਹਾਨੂੰ ਮਾਡਲ ਆਨਸਰਸ ਵੀ ਦਿੱਤੇ ਜਾਣਗੇ ਪਲੱਸ ਡਿਸਕਸ਼ਨ ਵੀਡੀਓਜ਼ ਵੀ ਹੋਊਗੀ ਤਿੰਨ ਸੈਕਸ਼ਨ ਹੈ ਤਿੰਨੇ ਸੈਕਸ਼ਨਸ ਦੀ ਇੱਕ ਇੱਕ ਦਿਨ ਅਲੱਗ-ਅਲੱਗ ਵੀਡੀਓ ਆਜੂਗੀ ਡਿਸਕਸ਼ਨ ਥੋੜੀ ਜਿਹੀ ਤੰਬੀ ਚੱਲ ਜਾਂਦੀ ਹੈ ਮੇਨਸ ਦੇ ਕੁਐਸਚਨਸ ਦੀ ਤੇ ਇੱਕ ਦਿਨ ਸੋਸਾਇਟੀ ਵਾਲੇ ਮੈਡਮ ਆ ਜਾਣਗੇ ਇੱਕ ਦਿਨ ਜੀਓਗ੍ਰਾਫੀ ਵਾਲੇ ਯਸ ਸਰ ਡਿਸਕਸ਼ਨ ਲੈ ਲੈਣਗੇ ਇੱਕ ਦਿਨ ਮੈਂ ਹਿਸਟਰੀ ਦੀ ਡਿਸਕਸ਼ਨ ਲੈ ਲੂੰਗਾ ਤਾਂ ਆਪਣੇ ਅਗਲੇ ਤਿੰਨ ਦਿਨ ਜਦ ਤੁਸੀਂ ਜੀਐਸ 2 ਦੀ ਤਿਆਰੀ ਕਰ ਰਹੇ ਹੋਵੋਗੇ ਐਂਡ ਉਦੋਂ ਤੁਸੀਂ ਇੱਕ ਇੱਕ ਸੈਸ਼ਨ ਲਗਾ ਲੈਣਾ ਇਹਨਾਂ ਕੁਐਸਚਨਸ ਦੀ ਡਿਸਕਸ਼ਨ ਦਾ ਵੀ ਠੀਕ ਹੈ ਤਾਂ ਇਹ ਬੱਚੇ ਪ੍ਰੋਸੀਜਰ ਹੈ ਆਈ ਹੋਪ ਤੁਸੀਂ ਇਸ ਪ੍ਰੋਸੀਜਰ ਨੂੰ ਫੋਲੋ ਕਰੋਗੇ ਐਂਡ ਜਿੰਨਾ ਮੈਕਸਿਮਮ ਫਾਇਦਾ ਲੈ ਸਕਦੇ ਹੋ ਇਹ ਇਸ ਕੋਰਸ ਤੋਂ ਤੁਸੀਂ ਲਉਗੇ ਤਾਂ ਇਹੀ ਮੈਂ ਤੁਹਾਡੇ ਨਾਲ ਗੱਲ ਕਰਨੀ ਸੀਗੀ 올 ది ਬੈਸਟ ਫਰਮ ਮਾਈ ਸਾਈਡ ਕੀ ਪ੍ਰਪੇਅਰਿੰਗ ਕੀਪ ਵਰਕਿੰਗ ਹਾਰਟ ਥੈਂਕ ਯੂ